ਵੀ ਜਿਹੜਾ ਰਣਜੋਤ ਦਰਾਏ ਨੇ ਆਪਾਂ ਨੂੰ ਕਿਹਾ ਸੀ ਵੀ ਕਿਸੇ ਗੁਰਦੁਆਰੇ 'ਚ ਜਿੱਥੇ ਮਰਜ਼ੀ ਧਕੇਲ ਸਿੰਘ ਟਾਈਮ ਰੱਖ ਸਕਦਾ, ਅਸੀਂ ਆਉਣ ਨੂੰ ਤਿਆਰ ਹਾਂ। ਤੇ ਚਲੋ ਮੈਂ ਉਹ ਦੂਜੇ ਦਿਨ ਪੋਸਟ ਪਾਤੀ ਸੀਗੀ ਬਈ 3 ਸਤੰਬਰ ਨੂੰ ਗੁਰਦੁਆਰਾ ਸ੍ਰੀ ਵਜੀਦਪੁਰ ਸਾਹਿਬ ਫਿਰੋਜ਼ਪੁਰ ਆ ਜਾਓ। ਚਲੋ ਮੈਂ ਪੋਸਟ ਪਾਤੀ, ਜਦੋਂ ਮੈਂ 2 ਸਤੰਬਰ ਨੂੰ ਪਾਤੀ ਸੀ, ਉਹ ਪੋਸਟ ਪਾਉਣ ਤੋਂ ਲਗਭਗ 10 ਕੁ ਮਿੰਟ ਬਾਅਦ ਮੈਨੂੰ ਫੋਨ ਆਇਆ ਪਾਲੀ ਦਿੜਬੇ ਦਾ, ਤੇ ਪਾਲੀ ਦਿੜਬੇ ਦੇ ਨਾਲ ਜੁੜਿਆ ਹੋਇਆ ਸੀ ਕੋਈ ਵੀਰ ਹੈਗਾ ਅਮਰੀਕਾ ਤੋਂ, USA ਤੋਂ। ਮੈਂ ਤਾਂ ਉਹਨੂੰ ਜਾਣਦਾ ਨੀ, ਬਾਈ ਨੂੰ ਸ਼ਾਇਦ ਭਾਈ ਪਾਲੀ ਦਿੜਬਾ ਜਾਣਦਾ ਤੇ ਜਿਹੜਾ ਦਰਾਹੇ ਵਾਲਾ ਉਹ ਜਾਣਦਾ ਉਹਨੂੰ। ਉਹਨਾਂ ਦਾ ਮੈਨੂੰ ਫੋਨ ਆ ਗਿਆ, ਮੇਰੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਤੇ ਮੇਰੇ ਤੋਂ ਉਹਨਾਂ ਨੇ ਪੁੱਛਿਆ ਵੀ ਤੁਹਾਡਾ ਕੀ ਰੌਲਾ ਦਰਾਹੇ ਨਾਲ। ਚਲੋ ਜੋ ਗੱਲਬਾਤ ਸੀ ਮੈਂ ਸਾਰੀ ਦੱਸੀ ਵੀ ਸਾਡਾ ਰੌਲਾ ਚੱਕਰ ਆ ਵੀ ਆਹ ਕੁਛ ਉਹਨੇ ਕਿਹਾ ਤੇ ਮੈਂ ਉਹਨੂੰ ਆਹ ਟਾਈਮ ਦਿੱਤਾ ਵੀ ਤੂੰ ਇੱਥੇ ਆ ਜਾ। ਚਲੋ ਬਾਈ ਨੇ ਸਾਰੀ ਗੱਲਬਾਤ ਕੀਤੀ, ਉਸ ਤੋਂ ਬਾਅਦ ਮੈਨੂੰ ਵਿੱਚ ਹੀ ਫੋਨ ਆਉਣ ਲੱਗ ਪਿਆ ਇਹਦਾ ਆਪਣਾ ਬਾਈ ਦਾ ਦਰਾਹੇ ਵਾਲੇ ਦਾ। ਦਰਾਏ ਵਾਲਾ ਫੋਨ ਆਇਆ, ਮੈਂ ਫੋਨ ਚੱਕਿਆ, ਦਰਾਹਾ ਬੋਲਿਆ ਅੱਗੋਂ, ਮੈਂ ਬਾਈ ਉਹ ਬਾਈ ਹਰੇ ਤੇਰੇ ਜੁੜੇ ਹੋਏ ਨਾਲ ਵੀ ਉਹਨਾਂ ਦੇ ਉੱਥੇ ਆ ਜਾ ਵੀ ਗੱਲ ਕਰੀਏ ਵੀ ਉਹਨਾਂ ਨੇ ਮੈਨੂੰ ਇਹ ਗੱਲ ਕਹੀ ਆ। ਚਲੋ ਇਹਨੇ ਫੋਨ ਉੱਧਰ ਲਾ ਲਿਆ, ਅਸੀਂ ਤਿੰਨੇ ਚਾਰੇ ਜੁੜ ਪਏ ਉੱਤੇ, ਸਾਡੀ ਸਾਰੀ ਗੱਲਬਾਤ ਹੋ ਗਈ ਜੋ ਵੀ ਆ, ਠੀਕ ਹੈ ਕਿ ਨਹੀਂ। ਤੇ ਜੇ ਕੋਈ ਗੱਲ ਇਹ ਕਰਦਾ ਵੀਰ ਵੀ ਕੋਈ ਮੈਨੂੰ ਧਮਕਾ ਕੇ ਜਾਂ ਮੈਨੂੰ ਧਮਕੀ ਨਾਲ ਜਾਂ ਕੋਈ ਡਰਾ ਕੇ ਮੈਨੂੰ ਧੱਕੇ ਨਾਲ ਕਿਸੇ ਬੰਦੇ ਨੇ ਰਾਜ਼ੀਨਾਮਾ ਕੀਤਾ, ਕਿਉਂਕਿ ਧਕੇਲੇ ਦੇ ਅਸੂਲਾਂ ਦੇ ਵਿੱਚ ਬਿਲਕੁਲ ਇਹ ਨਹੀਂ ਲਿਖਿਆ ਕਿ ਕੋਈ ਮੈਨੂੰ ਡਰਾ ਕੇ ਧਮਕਾ ਕੇ ਐਂ ਕੋਈ ਮੇਰੇ ਤੇ ਕਿਰਪਾਨ ਰੱਖ ਕੇ ਇਹ ਗੱਲ ਕਹਿ ਜੂ ਧਕੇਲਿਆ ਰਾਜ਼ੀਨਾਮਾ ਕਰ, ਠੀਕ ਹੈ ਕਿ ਨਹੀਂ, ਸਾਡੇ ਬੰਦਿਆਂ ਨੂੰ ਤੂੰ ਐਂ ਬੋਲਦਾ ਐਂ ਕਰਦਾ ਜਾਂ ਨਹੀਂ, ਬਿਲਕੁਲ ਨਹੀਂ। ਕਿਉਂਕਿ ਉਹਨਾਂ ਬੰਦਿਆਂ ਨੇ ਮੇਰੇ ਨਾਲ ਬੜੇ ਪਿਆਰ ਨਾਲ ਗੱਲ ਕੀਤੀ ਆ, ਬੜੇ ਪਿਆਰ ਨਾਲ ਬੜੇ ਸੁਲਝੇ ਹੋਏ ਢੰਗ ਨਾਲ ਗੱਲ ਕੀਤੀ ਆ, ਠੀਕ ਹੈ ਕਿ ਨਹੀਂ। ਉਹ ਗੱਲਬਾਤ ਦੇ ਵਿੱਚੋਂ ਹੱਲ ਨਿਕਲ ਗਿਆ, ਕਿਉਂਕਿ ਪਿਆਰ ਨਾਲ ਸਾਰੇ ਹੱਲ ਨਿਕਲ ਜਾਂਦੇ ਆ, ਠੀਕ ਹੈ ਨਹੀਂ। ਉਹ ਗੱਲਬਾਤ ਦੇ ਵਿੱਚੋਂ ਹੱਲ ਨਿਕਲਿਆ ਪਿਆਰ ਨਾਲ, ਠੀਕ ਹੈ ਕਿ ਨਹੀਂ। ਚਲੋ ਜਿੱਦਾਂ ਵੀ ਆਪਾਂ ਸਾਰੀ ਗੱਲਬਾਤ ਕਰਕੇ ਤੇ ਉਹ ਆਪਣਾ ਜਿਹੜਾ ਮਸਲਾ ਨਿਬੜ ਗਿਆ ਸੀ, ਆਪਾਂ ਪੋਸਟਾਂ ਡਿਲੀਟ ਕਰਤੀਆਂ ਸੀ, ਠੀਕ ਹੈ ਕਿ ਨਹੀਂ। ਤੇ ਮੈਂ ਬਸ ਵੈਸੇ ਇਹ ਕਹਿਣਾ ਚਾਹੁੰਦਾ ਵੀ ਆਪਣਾ ਕਿਸੇ ਨਾਲ ਹੁਣ ਕੋਈ ਰੌਲਾ ਨਹੀਂ ਹੈਗਾ, ਠੀਕ ਹੈ ਕਿ ਨਹੀਂ। ਬੜੇ ਪਿਆਰ ਨਾਲ ਆਪਣਾ ਉਹ ਰੌਲਾ ਜਿਹੜਾ ਨਿਬੜ ਗਿਆ ਸੀ, ਠੀਕ ਹੈ ਨਾ। ਤੇ ਬਾਕੀ ਜਿਹੜੇ ਕੋਈ ਮੈਨੂੰ ਨਾ ਕੱਲ ਹਾਂ ਫੇਸਬੁੱਕ ਤੇ ਵੀ 1-2 ਕਮੈਂਟ ਆਇਆ ਸੀ ਵੀ ਧਕੇਲਾ ਡਰ ਗਿਆ ਜਾਂ ਕਰ ਗਿਆ, ਨਾ ਜੀ ਧਕੇਲੇ ਦੇ ਸੂਲਾਂ ਵਿੱਚ ਹੀ ਨਹੀਂ ਲਿਖਿਆ ਏ ਕਿ ਧਕੇਲਾ ਕਿਸੇ ਤੋਂ ਡਰ ਕੇ ਜਾਂ ਕਿਸੇ ਨਾਲ ਰਾਜ਼ੀਨਾਮਾ ਕਰ ਲੂ ਨਾ। ਪਿਆਰ ਨਾਲ ਸਾਰੇ ਹੱਲ ਹੋ ਜਾਂਦੇ ਆ, ਪਿਆਰ ਨਾਲ ਸਾਰੇ ਹੱਲ ਹੋ ਜਾਂਦੇ ਉਹ, ਜਿਹੜੇ ਮਰਜ਼ੀ ਹੱਲ ਕਰ ਲਓ ਪਿਆਰ ਨਾਲ, ਠੀਕ ਹੈ ਕਿ ਨਹੀਂ। ਜੇ ਆਪਾਂ ਕਿਸੇ ਨੂੰ ਇਹ ਆਖਾਂਗੇ ਵੀ ਡਰਾ ਕੇ ਧਮਕਾ ਕੇ ਐਂ ਕਰ ਦਾਂਗੇ ਜਾਂ ਉਹ ਹੋ ਜਾਊਗਾ, ਉਹ ਤਾਂ ਭੁੱਲ ਜਾਓ। ਪਿਆਰ ਨਾਲ ਆਪਣੇ ਨਾਲ ਗੱਲ ਹੋਈ ਸੀ ਤੇ ਆਪਾਂ ਉਹ ਗੱਲ ਦੇ ਉੱਤੇ ਖਰੇ ਵੀ ਉਤਰੇ ਆ, ਠੀਕ ਹੈ। ਜੋ ਪਿਆਰ ਨਾਲ ਆਪਣੇ ਨਾਲ ਗੱਲ ਹੋਈ ਸੀ, ਜੋ ਆਪਣਾ ਨੇ ਜਿੱਠਿਆ ਸੀ, ਤਾਂ ਮੈਂ ਤਾਂ ਕਰਕੇ ਵੀਡੀਓ ਪਾਈ ਆ। ਮੈਂ ਤਾਂ ਇਹੀ ਗੱਲ ਕਹਿਣਾ ਵੀ ਆਪਣੇ ਨਾਲ ਕੋਈ ਨਹੀਂ ਤੇ ਆਪਦਾ ਪਿਆਰ ਨਾਲ ਸਾਰੇ ਭਰਾ ਰਹੋ, ਕੋਈ ਗੱਲ ਨਹੀਂ। ਹਾਂ ਤੇ ਬਾਕੀ ਮੈਂ ਪੋਸਟ ਪਾਤੀ ਸੀ ਫੇਸਬੁੱਕ ਦੇ ਉੱਤੇ, ਉਹ ਤੁਸੀਂ ਸਾਰਿਆਂ ਨੇ ਵੇਖ ਹੀ ਲਈ ਸੀ। ਸੋ ਜ਼ਰੂਰ ਸ਼ੇਅਰ ਕਰੋ ਸਾਰੇ ਭਰਾ ਵੀਡੀਓ ਨੂੰ। ਹਾਂ ਕੀ ਹਾਲ ਈ ਸੁਖਿਆ ਮਿਰਜ਼ਾਪੁਰੀਆ? ਨਾ 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 ਸੁਖਿਆ, ਤੁਹਾਨੂੰ ਲੱਗਦਾ ਵੀ ਧਕੇਲਾ ਡਰ ਜੂ ਕਿਸੇ ਤੋਂ? ਨਾ ਜੀ ਨਾ ਨਾ ਨਾ, ਜਿਵੇਂ ਆਂਹਦੇ ਨਾ ਪਿਆਰ ਨਾਲ ਭਾਵੇਂ ਜਿੰਦ ਕੱਢ ਲਓ ਕੋਈ ਚੱਕਰ ਨਹੀਂ, ਡਰਨ ਡੁਰ ਨਾਲ ਕੋਈ ਗੱਲ ਨਹੀਂ, ਠੀਕ ਹੈ ਨਾ। ਡਰ ਨਾਲ ਤਾਂ ਤੁਸੀਂ ਛੱਡ ਹੀ ਦਿਓ ਕੰਮ। ਹਾਂਜੀ ਭਾਈ ਗੁਰਸੇਵਕ ਸਿੰਘ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਗੁਰਸੇਵਕ ਸਿੰਘ ਖਾਲਸਾ ਕੌਣੀ ਵਾਲੇ ਵੀ ਜੁੜੇ ਆ ਸਾਡੇ ਨਾਲ, ਹੈ ਸਾਡੇ ਪਿੰਡ ਤੋਂ। ਹੋਰ ਸੁਣਾਓ ਬਾਬਿਓ ਕੀ ਹਾਲ ਚਾਲ ਨੇ? ਆ ਗੁਰਸੇਵਕ ਸਿੰਘ ਖਾਲਸੇ ਨੂੰ ਵੀ ਪਤਾ ਸੀ
ਇਹਨਾਂ ਨਾਲ ਵੀ ਮੇਰੀ ਗੱਲ ਹੋਈ ਸੀ, ਗੱਲ ਇਹਨਾਂ ਨਾਲ ਵੀ ਮੇਰੀ ਉਦਣ ਹੋਈ ਸੀ। ਸੋ ਠੀਕ ਹੈ ਨਾ ਬਾਬੇ, ਇਹੋ ਜਿਹੀ ਕੋਈ ਗੱਲ ਨਹੀਂ ਕਿ ਆਪਾਂ ਕਿਸੇ ਨਾਲ ਜਾਂ ਵੀ ਆਪਾਂ ਨੂੰ ਕਿਸੇ ਨੇ ਡਰਾ ਕੇ ਜਾਂ ਧਮਕਾ ਪਿਆ ਕਿ ਆਪਣੇ ਨਾਲ ਕਿਸੇ ਨੇ ਰਾਜੀਨਾਮਾ ਕੀਤਾ, ਬਿਲਕੁਲ ਨਹੀਂ ਵੀਰੋ, ਠੀਕ ਹੈ ਕਿ ਨਹੀਂ। ਹਾਂ, ਜਦੋਂ ਬੰਦਿਆਂ 'ਚ ਬਹਿ ਜਾਈਏ ਨਾ, ਚਾਰਾਂ ਪੰਜਾਂ ਬੰਦਿਆਂ ਦੀ ਪੰਚਾਇਤ ਹੁੰਦੀ, ਆਪਣੇ ਸਿਆਣੇ ਵੀ ਪਿੰਡਾਂ 'ਚ ਗੱਲਾਂ ਕਰਦੇ ਹੁੰਦੇ ਆ ਵੀ ਪੰਜ ਬੰਦਿਆਂ ਦੀ ਪੰਚਾਇਤ ਹੁੰਦੀ ਤੇ ਪੰਚਾਇਤ ਦੀ ਕਦੇ ਮੋੜਨੀ ਨਹੀਂ ਚਾਹੀਦੀ, ਠੀਕ ਹੈ ਕਿ ਨਹੀਂ। ਉਹਨਾਂ ਦੀ ਗੱਲ ਮੰਨ ਲੈਣੀ ਚਾਹੀਦੀ ਆ, ਜਿਵੇਂ ਵੀ ਹੱਲ ਨਿਕਲਦਾ ਚਲੋ ਆਪਾਂ ਉਹ ਉਹਦੇ ਵਿੱਚ ਰਹੇ ਹਾਂ, ਉਹ ਹੱਲ ਨਿਕਲਿਆ ਵਧੀਆ ਗੱਲ ਹੋਈ। ਜਸਮੇਲ ਸਿੰਘ ਸਿੱਧੂ ਚੜ੍ਹਦੀ ਕਲਾ ਜੀ, ਰਤਨ ਸਿੰਘ ਜੀ ਕੀ ਹਾਲ ਨੇ, ਰਤਨ ਸਿੰਘ ਬਹੁਤ ਵਧੀਆ ਬਹੁਤ ਵਧੀਆ। ਬਾਕੀ ਕਈ ਬੰਦੇ ਆਂਦੇ ਜੇ ਕੋਈ ਅੰਮ੍ਰਿਤਪਾਲ ਨੂੰ ਮਾੜਾ ਬੋਲੂਗਾ, ਅੰਮ੍ਰਿਤਪਾਲ ਨੂੰ ਐਂ ਕਰੂਗਾ, ਤੁਸੀਂ ਜਵਾਬ ਦਓਗੇ। ਮੈਂ ਬਿਲਕੁਲ ਜਵਾਬ ਦਊਂਗਾ ਬਾਈ, ਠੀਕ ਹੈ ਕਿ ਨਹੀਂ। ਜੇ ਕੋਈ ਅੰਮ੍ਰਿਤਪਾਲ ਨੂੰ ਮਾੜਾ ਬੋਲਦਾ ਕੁਛ ਵੀ ਕਰਦਾ, ਠੀਕ ਹੈ ਕਿ ਨਹੀਂ, ਉਹ ਠੀਕ ਆ, ਅਗਲੇ ਦੀ ਮਰਜ਼ੀ, ਜਿਵੇਂ ਮਰਜ਼ੀ ਬੋਲਿਆ। ਅਸੀਂ ਬੈਠੇ, ਅਸੀਂ ਹਰ ਦਮ ਜਵਾਬ ਦੇਵਾਂਗੇ, ਵਿਦ ਪ੍ਰੂਫਾਂ ਦੇਵਾਂਗੇ ਜਵਾਬ, ਕੋਈ ਚੱਕਰ ਨਹੀਂ ਇਹਦੇ ਉੱਤੇ, ਠੀਕ ਹੈ ਕਿ ਨਹੀਂ। ਇਹ ਨਹੀਂ ਗੱਲ ਵੀ ਆਪਾਂ ਜੇ ਕੋਈ ਸਾਨੂੰ ਹੁਣ ਕੋਈ ਘਰੇ ਆ ਕੇ ਕੋਈ ਗਾਲਾਂ ਕੱਢ ਜੇ, ਸਾਨੂੰ ਕੋਈ ਮਾਰ ਕੁੱਟ ਜੇ, ਜਾਂ ਸਾਡੇ ਬੰਦਿਆਂ ਨੂੰ ਕੋਈ ਮਾੜਾ ਚੰਗਾ ਬੋਲ ਜੇ, ਤਾਂ ਅਸੀਂ ਚੁੱਪ ਕਰ ਜਾਵਾਂਗੇ, ਉਹ ਨਹੀਂ ਗੱਲ। ਬਿਲਕੁਲ ਜਿੱਥੇ ਖਲੋਤੇ ਉੱਥੇ ਖਲੋਤੇ, ਆਪਣਾ ਅੱਜ ਵੀ ਸਟੈਂਡ ਆ। ਹਾਂਜੀ, ਇਹੋ ਜੀ ਕੋਈ ਗੱਲ ਨਹੀਂ। ਸੋ ਸਾਰੇ ਵੀਰ, ਕਿਉਂਕਿ ਕਈਆਂ ਬੰਦਿਆਂ ਦੇ ਮਨ ਵਿੱਚ ਇਹ ਗੱਲਾਂ ਸੀ ਤੇ ਮੈਂ ਤਾਂ ਕਰਕੇ ਲਾਈਵ ਹੋ ਕੇ ਸੋ ਇਹ ਸਾਰੇ ਵੀਰਾਂ ਤੱਕ ਵੀਡੀਓ ਪਹੁੰਚਾਈ ਆ ਵੀ ਠੀਕ ਹੈ ਕਿ ਨਹੀਂ। ਧਕੇਲਾ ਨਾ ਡਰਨ ਵਾਲਿਆਂ ਚੋਂ ਹੈਗਾ, ਨਾ ਧਕੇਲਾ ਡਰਾਉਣ ਵਾਲਿਆਂ ਚੋਂ ਹੈਗਾ, ਪਿਆਰ ਨਾਲ ਸਾਰੇ ਹੱਲ ਹੋ ਜਾਂਦੇ ਆ ਤੇ ਪਿਆਰ ਨਾਲ ਗੱਲ ਹੋਈ ਆ ਸਾਡੇ ਉਦਣ ਤੇ ਪਿਆਰ ਨਾਲ ਉਹ ਹੱਲ ਨਿਕਲੇ। ਆਪਾਂ ਨੂੰ ਕਿਸੇ ਨੇ ਡਰਾਇਆ ਨਹੀਂ, ਕਿਸੇ ਨੇ ਧਮਕਾਇਆ ਨਹੀਂ, ਕਿਸੇ ਨੇ ਆਪਾਂ ਨੂੰ ਫੋਨ ਨਹੀਂ ਕੀਤਾ, ਠੀਕ ਹੈ ਨਾ। ਜੇ ਗੱਲ ਕਰਦੇ ਹੋ ਰਣਜੋਤ ਦਰਾਏ ਨੇ ਮੈਨੂੰ ਫੋਨ ਕੀਤਾ, ਬਿਲਕੁਲ ਨਹੀਂ ਬਾਬੇ, ਮੈਨੂੰ ਕਿਸੇ ਨੇ ਨਹੀਂ ਫੋਨ ਕੀਤਾ। ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਡਰ ਸਾਡੀ ਖੱਲ ਚ ਨਹੀਂ, ਐਵੇਂ ਕਿਵੇਂ ਭੁਲੇ। ਬਿਲਕੁਲ ਬਾਬੇ, ਬਿਲਕੁਲ 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 ਗੁਰਸੇਵਕ ਸਿੰਘ ਖਾਲਸਾ ਜੀ, ਉਹਨੇ ਕਈਆਂ ਬੰਦਿਆਂ ਦੇ ਮਨ ਦੇ ਵਿੱਚ ਹੈ ਸੀ ਨਾ ਵੀ ਉਹ ਆਪਣੇ ਰੌਲੇ ਦੇ ਕਰਕੇ ਵੀ ਪਤਾ ਨਹੀਂ ਧਕੇਲੇ ਨੂੰ ਕਿਸੇ ਬੰਦਿਆਂ ਨੇ ਡਰਾ ਲਿਆ ਹੋਵੇ, ਪਤਾ ਨਹੀਂ ਕੀ ਹੋਈ ਪੰਚਾਇਤ ਵਿੱਚ, ਕੀ ਹੋਇਆ, ਕਿਸ ਦੀ ਗਲਤੀ ਕੱਢੀ। ਬਲਜਿੰਦਰ ਸਿੰਘ ਦਿਓਲ ਕਹਿੰਦਾ ਜਸਪਾਲ ਸਿੰਘ ਸਿੱਧੂ ਅੰਮ੍ਰਿਤਪਾਲ ਦੇ ਵਿਰੋਧੀਆਂ ਨੂੰ, ਹਾਂ ਬਿਲਕੁਲ ਬਈ ਜਸਮੇਲ ਸਿੰਘ ਸੰਧੂ ਜੀ, ਬਿਲਕੁਲ ਆਪਾਂ ਹਰ ਦਮ ਜਦੋਂ ਸਾਨੂੰ ਪਤਾ ਲੱਗਦਾ ਆਪਾਂ ਜਵਾਬ ਦਿੰਦੇ ਹਾਂ, ਜਿੱਥੇ ਸਾਡੇ ਤੋਂ ਪਹੁੰਚਿਆ ਜਾਵੇ ਅਸੀਂ ਪਹੁੰਚਦੇ ਹਾਂ ਭਾਈ ਸਾਹਿਬ ਦੇ ਹੱਕ ਦੇ ਵਿੱਚ, ਜਿੱਥੋਂ ਸਾਡਾ ਜਾਇਜ਼ ਵਾ ਆਪਾਂ ਜਾਂਦੇ ਹਾਂ ਉੱਥੇ, ਠੀਕ ਹੈ ਕਿ ਨਹੀਂ। ਬਿਲਕੁਲ ਪੰਚਾਇਤ ਦੇ ਵਿੱਚ ਬਾਈ ਉਹਨਾਂ ਨੇ ਸਾਰੀ ਗੱਲ ਮੈਂ ਦੱਸੀ, ਸਾਰੀ ਉਹਨੇ ਦਰਾਏ ਵਾਲੇ ਦੱਸੀ ਸਾਰਾ ਕੁਛ, ਉਹਨਾਂ ਨੇ ਸੁਣਿਆ, ਉਹਨਾਂ ਨੇ ਜੋ ਮੇਰੇ 'ਚ ਗਲਤੀ ਸੀ ਠੀਕ ਹੈ ਨਾ ਮੈਨੂੰ ਕਿਹਾ, ਬਾਕੀ ਮੈਂ ਤਾਂ ਉਹਨਾਂ ਨੂੰ ਸਾਰੀ ਸਬੂਤਾਂ ਸਮੇਤ ਦੱਸਤੀ। ਸਾਡੀ ਗੱਲ ਤਾਂ ਉਹੀ ਸੀ ਵੀ ਮੈਨੂੰ ਰਣਜੋਤ ਦਰਾਏ ਦੀ ਜਿਹੜੀ ਗੱਲ ਵੀ ਮੈਨੂੰ ਇਹ ਗੱਲ ਆਉਂਦੇ ਆ ਵੀ ਤੂੰ ਧਰਮ ਬਦਲਿਆ, ਮੈਂ ਕਿਹਾ ਨਹੀਂ ਅਸੀਂ ਨਹੀਂ ਆਉਂਦੇ ਧਰਮ ਬਦਲਿਆ ਰਣਜੋਤ ਦਰਾਏ ਨੇ, ਵੀ ਰਣਜੋਤ ਦਰਾਏ ਨੇ ਕਹਿੰਦੇ ਵੀ ਧਰਮ ਬਦਲਿਆ, ਮੈਂ ਕਿਹਾ ਅਸੀਂ ਇਹ ਗੱਲ ਨਹੀਂ ਕਰਦੇ ਧਰਮ ਬਦਲਿਆ, ਇਹਦੀ ਵੀਡੀਓ ਖੁਦ ਬੋਲ ਰਹੀ ਰਣਜੋਤ ਦਰਾਏ ਦੀ ਵੀ ਮੈਂ ਧਰਮ ਬਦਲ ਲੈਣਾ ਸੀ ਜਾਂ ਮੈਂ ਉਹ ਕਰ ਲੈਣਾ, ਮੈਂ ਕਿਹਾ ਜੀ ਤਾਂ ਇਹਨੇ ਵੀਡੀਓ ਦੇ ਆਧਾਰ ਤੇ ਇਹਦੇ ਨਾਲ ਗੱਲ ਕੀਤੀ ਸੀ ਵੀ ਅਸੀਂ ਤਾਂ ਕਹਿੰਦੇ ਨਹੀਂ ਵੀ ਇਹਨੇ ਧਰਮ ਬਦਲਿਆ, ਇਹ ਆਉਂਦਾ ਸੀ ਮੈਂ ਧਰਮ ਬਦਲਣਾ। ਚਲੋ ਗੱਲ ਛੱਡੋ ਯਾਰ, ਗੱਲ ਨਿਬੜੀ ਉਸ ਗੱਲ ਦੇ ਉੱਤੇ, ਬਸ ਚੱਲਿਆ ਤਾਂ ਬਾਕੀ ਉਹ ਵੀਰਾਂ ਨੇ ਆਖਿਆ ਵੀ ਚਲੋ ਕੋਈ ਗੱਲ ਨਹੀਂ ਤੁਸੀਂ ਆਪਦਾ ਜਿਵੇਂ ਵੀ ਉਹਨਾਂ ਨੇ ਸਾਨੂੰ ਕਿਹਾ ਤੇ ਆਪਾਂ ਉਹਨਾਂ ਦੀ ਗੱਲ ਮੰਨ ਲਈ, ਠੀਕ ਹੈ ਨਾ। ਬਾਕੀ ਜੇ ਮੈਂ ਹੁਣ ਦੂਜੇ ਪਾਸੇ ਗੱਲ ਕਰ ਲਾਂ ਤੁਹਾਡੇ ਨਾਲ, ਜੇ ਸਾਡੇ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਾਂ ਉਹਨਾਂ ਦੇ ਪਰਿਵਾਰ ਨੂੰ ਕਿਸੇ ਨੂੰ ਕੋਈ ਟਾਰਗੇਟ ਕਰਦਾ ਮਾੜਾ ਚੰਗਾ ਬੋਲਦਾ, ਅਸੀਂ ਉਹਦਾ ਜਵਾਬ ਦੇਵਾਂਗੇ, ਅਸੀਂ ਬਿਲਕੁਲ ਉਹਦਾ ਜਵਾਬ ਦੇਵਾਂਗੇ, ਦਿੰਦੇ ਰਹੇ ਹਾਂ, ਠੀਕ ਹੈ ਕਿ ਨਹੀਂ। ਕਈਆਂ ਦੇ ਮਨ ਦੇ ਵਿੱਚ ਇਹ ਸ਼ੰਕਾ ਹੁੰਦੀ ਆ ਵੀ ਧਕੇਲਾ ਡਰ ਕੇ ਬਹਿ ਗਿਆ, ਧਕੇਲੇ ਨੇ ਕਿਸੇ ਕਿਸੇ ਤੋਂ ਕੁਛ ਲੈ ਲਿਆ ਜਾਂ ਕਰ ਲਿਆ, ਬਿਲਕੁਲ ਨਹੀਂ ਜੀ। ਧਕੇਲੇ ਦੇ ਅਸੂਲਾਂ ਵਿੱਚ ਨਹੀਂ ਲਿਖਿਆ ਧਕੇਲਾ ਮਰ ਸਕਦਾ ਮਿਟ ਸਕਦਾ ਧਕੇਲਾ, ਪਰ ਧਕੇਲਾ ਕਿਸੇ ਦੇ ਥੱਲੇ ਨਹੀਂ ਲੱਗ ਸਕਦਾ, ਠੀਕ ਹੈ ਨਾ। ਬਿਲਕੁਲ ਨਹੀਂ, ਜਿੱਦਣ ਧਕੇਲਾ ਕਿਸੇ ਦੇ ਥੱਲੇ ਲੱਗ ਗਿਆ ਧਕੇਲਾ ਡਰ ਗਿਆ, ਠੀਕ ਹੈ ਨਾ, ਬਾਹੋਂ ਫੜ ਕੇ ਮੈਨੂੰ ਉਦਣ ਕਹਿ ਰਿਹਾ ਵੀ ਧਕੇਲਿਆ ਤੂੰ ਇੱਥੇ ਡਰ ਗਿਆ ਕਰ ਗਿਆ,
ਠੀਕ ਹੈ ਕਿ ਨਹੀਂ, ਆਪਾਂ ਪੰਜਾਂ ਕਕਾਰਾਂ ਦੇ ਵਿੱਚ ਪਹਿਨੇ ਹੋਏ ਆ, ਕੰਘਾ, ਕੜਾ, ਕਿਰਪਾਨ, ਕਛਹਿਰਾ, ਸਾਰੇ ਆਪਾਂ ਪੰਜ ਕੱਕਿਆਂ ਦੇ ਵਿੱਚ ਪੂਰੇ ਆਪਾਂ। ਸੋ ਜਿਹੜੇ ਵੀਰ ਜੁੜੇ ਹੋ ਤੁਸੀਂ ਜ਼ਰੂਰ ਸ਼ੇਅਰ ਕਰ ਦਿਓ, ਬਿਲਕੁਲ ਸ਼ੇਅਰ ਕਰ ਦਿਓ ਸਾਰੇ ਭਰਾ ਪਿਆਰ ਕਰਨ ਵਾਲੇ। ਤੇ ਬਾਕੀ ਐਵੇਂ ਫੁਕਰੀਆਂ ਮਾਰਨ ਵਾਲਾ ਕੋਈ ਕੰਮ ਨਹੀਂ ਵੀ ਤੂੰ ਇੱਥੇ ਆ ਜਾ, ਤੂੰ ਇੱਥੇ ਟੱਕਰ ਲਾ, ਤੁਸੀਂ ਐਂ ਕਰ ਲਓ, ਐਂ ਕਰ ਲਓ, ਠੀਕ ਹੈ ਕਿ ਨਹੀਂ। ਹਾਂ, ਜੋ ਵੀ ਆਪਾਂ ਕੰਮ ਕਰਦੇ ਹਾਂ ਫੇਸਬੁੱਕ ਤੇ, ਜਿਵੇਂ ਵੀ ਆਪਾਂ ਬੋਲਦੇ ਹਾਂ, ਆਪਾਂ ਵਿਦ ਪਰੂਫ ਬੋਲਦੇ ਹਾਂ ਜਾਂ ਕੁਛ ਵੀ ਆਪਾਂ ਗੱਲਬਾਤ ਕਰਦੇ ਹਾਂ, ਬੜੇ ਤਰੀਕੇ ਨਾਲ ਆਪਾਂ ਕਰਦੇ ਹਾਂ, ਠੀਕ ਹੈ ਕਿ ਨਹੀਂ। ਐਵੇਂ ਹਨੇਰੇ 'ਚ ਤੀਰ ਨਹੀਂ ਛੱਡੇ ਕਦੇ ਤੇ ਨਾ ਆਪਾਂ ਛੱਡਦੇ ਹਾਂ। ਹਾਂ, ਤੂੰ ਕਿਵੇਂ ਚੁੰਡ ਜੇ 'ਚ ਲੱਗਿਆ ਖਲੋਤਾ ਜਲਾਲਾਬਾਦ ਵਾਲਿਆ? ਨਹੀਂ ਨਹੀਂ ਅਭਿਜੀਤ ਸਿੰਘ ਜੀ, ਬਿਲਕੁਲ ਮੈਂ ਸਟੈਂਡ ਤੇ ਹਾਂ, ਬਿਲਕੁਲ ਆਪਣੇ ਉਸੇ ਸਟੈਂਡ ਤੇ ਹਾਂ ਬਾਈ, ਬਿਲਕੁਲ ਜਵਾਬ ਦਿੰਦੇ ਹਾਂ ਅਸੀਂ, ਬਿਲਕੁਲ ਜਵਾਬ ਦਿੰਦੇ ਹਾਂ, ਠੀਕ ਆ ਨਾ। ਬਿਲਕੁਲ ਅਸੀਂ ਅੱਜ ਵੀ ਅੰਮ੍ਰਿਤਪਾਲ ਦੇ ਨਾਲ ਹਾਂ, ਕੱਲ ਵੀ ਅੰਮ੍ਰਿਤਪਾਲ ਦੇ ਨਾਲ ਸੀ, ਜਦੋਂ ਭੀੜ ਪਈ ਆ ਉਦੋਂ ਵੀ ਅੰਮ੍ਰਿਤਪਾਲ ਦੇ ਨਾਲ ਸੀ ਅਸੀਂ। ਹਾਂਜੀ, ਉਦੋਂ ਵੀ ਅਸੀਂ ਅੰਮ੍ਰਿਤਪਾਲ ਦੇ ਨਾਲ ਸੀ। ਹਾਂ ਬਾਈ, ਗੱਲ ਹੋਈ ਆ, ਬਿਲਕੁਲ ਆ ਜਿਹੜੀ ਤੁਸੀਂ ਗੱਲ ਕਰਦੇ ਵੀ ਧਕੇ ਨਸ਼ੇ ਕਰਦਾ, ਮੈਂ ਗੱਲ ਖੁੱਲ ਕੇ ਆਖੀ ਬੈਠੀ, ਮੈਂ ਕਿਹਾ ਵੀ ਇਹਨਾਂ ਨੂੰ ਪੁੱਛੋ, ਇਹਨਾਂ ਨੇ ਮੇਰੇ ਤੇ ਇਲਜ਼ਾਮ ਲਾਏ ਆ, ਮੇਰਾ ਟੈਸਟ ਕਰਵਾ ਸਕਦੇ ਇਹ ਬੰਦੇ, ਜਿਹੜਾ ਮੇਰੇ ਤੇ ਇਲਜ਼ਾਮ ਲਾਉਂਦਾ, ਜਿਹੜਾ ਬੰਦਾ ਬਹੁ। ਬਿਲਕੁਲ ਗੱਲ ਹੋਈ ਆ, ਜਾਂਦੇ ਸੀ ਨਾ ਹਰਿਆਣੇ 'ਚ ਭੱਜ ਗਿਆ ਸੀ ਧਕੇਲਾ, ਮੈਂ ਉਹਦੀ ਗੱਲ ਵੀ ਉੱਥੇ ਅਸੀਂ ਖੋਲੀ ਸੀ, ਗੱਲ ਕੀਤੀ ਸੀ ਸਾਰੀ। ਮੈਂ ਕਿਹਾ ਵੀ ਜਿਹੜੇ ਬੰਦਿਆਂ ਨੇ ਇਹਨਾਂ ਨੂੰ ਇਹ ਗੱਲ ਦੱਸੀ ਆ ਵੀ ਧਕੇਲ ਸਿੰਘ ਹਰਿਆਣੇ 'ਚ ਭੱਜ ਗਿਆ ਸੀ ਜਦੋਂ ਅੰਮ੍ਰਿਤਪਾਲ ਫੜਿਆ, ਵੀ ਉਸ ਬੰਦੇ ਨੂੰ ਪੁੱਛੋ ਵੀ ਹਰਿਆਣੇ ਦੇ ਕਿਹੜੇ ਜ਼ਿਲ੍ਹੇ, ਕਿਹੜੇ ਪਿੰਡ, ਕਿੰਨਾਂ ਦੇ ਘਰੇ ਰਿਹਾ, ਵੀ ਧਕੇਲ ਸਿੰਘ ਦੀ ਕਿਹੜਾ ਮਾਸੀ ਬੈਠੀ ਸੀ ਹਰਿਆਣੇ, ਜਾਪ ਰਿਹਾ ਸੀ ਜਾਂ ਭੱਜ ਗਿਆ ਸੀ, ਕਿੱਥੇ ਰਿਹਾ ਹਰਿਆਣੇ ਜਾ ਕੇ, ਵੀ ਪੂਰੀ ਗੱਲ ਤੁਸੀਂ ਕਰੋ, ਵਿਦ ਪਰੂਫ ਕਰੋ। ਚਲੋ ਸਾਰੀ ਨਿਬੜ ਗਈ ਯਾਰ ਆਪਣੀ ਉਹ ਗੱਲ, ਬਾਕੀ ਜੋ ਵੀ ਅੱਗੇ ਆਪਣਾ ਹੈ ਆ ਹੁਣ, ਠੀਕ ਆ ਕਿ ਨਹੀਂ, ਉਹ ਆਪਾਂ ਤਾਂ ਤੁਹਾਨੂੰ ਪਤਾ ਵੀ ਆਪਣੀ ਕੌਮ ਪਿੱਛੇ, ਆਪਣੀ ਸਿੱਖੀ ਪਿੱਛੇ ਤੇ ਆਪਦੇ ਕੌਮ ਦੇ ਸ਼ੇਰਾਂ ਪਿੱਛੇ, ਜਿੰਨਾ ਪਿੱਛੇ ਵੀ ਸਾਡੇ, ਉਹ ਭਾਵੇਂ ਬੰਦੀ ਸਿੰਘ ਹੋਣੇ 30-30 ਸਾਲਾਂ 'ਚੋਂ ਜੇਲ੍ਹਾਂ 'ਚ ਬੰਦ ਬੈਠੇ ਆ, ਠੀਕ ਹੈ ਨੀ, ਭਾਵੇਂ UAPA ਜਿਨ੍ਹਾਂ ਤੇ ਧਰਾਵਾਂ ਲੱਗੀਆਂ ਨੌਜਵਾਨਾਂ ਤੇ, ਭਾਵੇਂ ਉਹ ਹੋਣ ਜਿਹੜੇ ਮਹੂ 'ਚੋਂ ਚੱਕੇ ਸੀ, ਰੋਪੜ ਕੰਨੀਓ ਚੱਕੇ ਸੀ, ਹੋਰ ਚੱਕੇ ਸੀ, ਠੀਕ ਹੈ ਕਿ ਨਹੀਂ, ਭਾਵੇਂ ਜਿਨ੍ਹਾਂ ਤੇ NSA ਲੱਗੀ ਆ, ਭਾਵੇਂ ਉਹ ਅੰਮ੍ਰਿਤਸਰ ਜੇਲ੍ਹ ਵਾਲੇ ਹੋਣ, ਭਾਵੇਂ ਕਪੂਰਥਲਾ ਜੇਲ੍ਹ ਵਾਲੇ ਹੋਣ ਤੇ ਭਾਵੇਂ ਜਲੰਧਰ ਜੇਲ੍ਹ ਵਾਲੇ ਹੋਣ, ਆਪਾਂ ਹਰੇਕ ਦੀ ਗੱਲ, ਹਰੇਕ ਦਾ ਮੁੱਦਾ ਬਿਲਕੁਲ ਚੱਕਦੇ ਹਾਂ ਤੇ ਚੱਕਦੇ ਰਵਾਂਗੇ, ਠੀਕ ਹੈ ਕਿ ਨਹੀਂ। ਭਾਵੇਂ ਉਹ ਸੁਖਰਾਜ ਸਿੰਘ ਨਿਆਮੀ ਵਾਲਾ ਹੋਵੇ, ਕਿਉਂਕਿ ਉਹਦੇ ਪਿਤਾ ਜੀ ਨੇ ਸ਼ਹੀਦੀ ਦਿੱਤੀ ਸੀ, ਪਤਾ ਤੁਹਾਨੂੰ ਗੋਲੀਆਂ ਲੱਗੀਆਂ ਸੀ ਉਹਨਾਂ ਦੇ ਪਿਤਾ ਜੀ ਦੇ, ਤੇ ਨਾਲ ਹੋਰ ਵੀ ਸਿੰਘ ਸੀ ਜਿਹੜੇ, ਦੋ ਸਿੰਘ ਸ਼ਹੀਦੀ ਪਾਏ ਸੀ, ਤੇ ਆਪਾਂ ਬਿਲਕੁਲ ਉਹਨਾਂ ਦੇ ਨਾਲ, ਆਪਾਂ ਅੱਜ ਵੀ ਨਾਲ ਸੀ, ਕੱਲ ਵੀ ਨਾਲ ਆ, ਠੀਕ ਹੈ ਕਿ ਨਹੀਂ, ਕਿਉਂਕਿ ਕਿਸੇ ਦੇ ਮਨ ਵਿੱਚ ਭੁਲੇਖਾ ਹੋਵੇ, ਇਸ ਕਰਕੇ ਮੈਂ ਵੀਡੀਓ ਜ਼ਰੂਰ ਤੁਹਾਡੇ ਨਾਲ ਸਾਂਝੀ ਕੀਤੀ ਸੀ।